ਮੈਂ ਡਾਇਰੈਕਟਰ ਕਮਲਜੀਤ ਨਾਗਪਾਲ ਲੱਕੀ ਮੇਰਾ ਸਿੰਗਲ ਸੈਕੰਡਰੀ ਸਕੂਲ ਤੋਂ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋਈ ਹੈ ਕਿ ਪਲੱਸ ਟੂ ਦਾ ਜਿਹੜਾ ਰਿਜ਼ਲਟ ਆਇਆ ਹੈ ਇਹਦੇ 'ਚ ਸਾਡੇ ਸਕੂਲ ਦੇ ਸਾਰੇ ਬੱਚੇ ਪਾਸ ਹੋਏ ਨੇ। ਸਾਡਾ ਰਿਜ਼ਲਟ ਜਿਹੜਾ 100% ਰਿਹਾ ਆਰਟਸ ਦਾ ਔਰ ਕਮਰਸ ਦਾ। ਕਮਰਸ ਦੇ ਵਿੱਚੋਂ ਚਾਤ ਸ਼ਰਮਾ ਜੋ ਕਿ 92% ਨੰਬਰ ਲੈ ਕੇ ਫਸਟ ਆਈ ਹੈ, ਉਸ ਤੋਂ ਬਾਅਦ ਜਸਕੀਰਤ ਸੈਕਿੰਡ ਹੈ, ਔਰ ਆਰਟਸ ਦੇ ਵਿੱਚੋਂ ਮਨਦੀਪ ਕੌਰ ਫਸਟ ਆਈ ਹੈ। ਇਹਦੇ ਨਾਲ ਨਾਲ ਬੱਚਿਆਂ ਦੇ ਰਿਜ਼ਲਟ ਬਹੁਤ ਅੱਛੇ ਨੇ, ਬੋਇਜ਼ ਦੇ ਰਿਜ਼ਲਟ ਬਹੁਤ ਅੱਛੇ ਆਏ ਨੇ। ਗੁਰੂ ਸਿੰਘ ਇਹ ਸੈਕਿੰਡ ਪੋਜੀਸ਼ਨ ਇਹਨੇ ਪ੍ਰਾਪਤ ਕੀਤੀ ਹੈ, ਔਰ ਮੈਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸਾਰੇ ਹੀ ਬੱਚੇ ਅੱਛੇ ਨੰਬਰਾਂ ਦੇ ਵਿੱਚੋਂ ਪਾਸ ਹੋਏ ਨੇ, ਔਰ ਸਕੂਲ ਦਾ ਰਿਜ਼ਲਟ ਆਰਟਸ ਔਰ ਕਮਰਸ ਦਾ ਉਹ 100% ਰਿਹਾ। ਅਸੀਂ ਪਰਮਪਿਤਾ ਪਰਮੇਸ਼ਵਰ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਦਿਨ ਪਰ ਦਿਨ ਦਿਨ ਦੁੱਗਣੀ ਰਾਹ ਚੌਗਣੀ ਤਰੱਕੀਆਂ ਦੇਵੇ ਅਤੇ ਇਹਨਾਂ ਦੇ ਮਨ ਭਾਉਂਦੇ ਰਿਜ਼ਲਟ ਦੇਵੇ। ਧੰਨਵਾਦ ਜੀ। ਜੀ, ਪੰਜਾਬ ਬੋਰਡ ਵੱਲੋਂ ਪਲੱਸ ਟੂ ਦੇ ਰਿਜ਼ਲਟ ਲੱਕੀ ਮੀਰਾ ਸੀਨੀਅਰ ਸੈਕੰਡਰੀ ਸਕੂਲ ਦਾ ਰਿਜ਼ਲਟ 100% ਰਿਹਾ। ਇਸ ਦੇ ਵਿੱਚ ਬੱਚਿਆਂ ਨੇ 90% ਤੋਂ ਉੱਪਰ ਨੰਬਰ ਲਿੱਤੇ ਹੈ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਂ ਇਸਦਾ ਸਾਰਾ ਕ੍ਰੈਡਿਟ ਬੱਚਿਆਂ ਦੀ ਮਿਹਨਤ ਦੇ ਨਾਲ ਨਾਲ ਟੀਚਰ ਡੈਡੀਕੇਟਿਡ ਸਟਾਫ ਨੂੰ ਦੇਣਾ ਚਾਹਾਂਗੀ। ਉਹਨਾਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਹੈ ਔਰ ਬੱਚਿਆਂ ਨੇ ਵੀ ਲਗਨ ਨਾਲ ਉਹ ਪੜ੍ਹਾਈ ਕੀਤੀ ਔਰ ਇਹ ਮੁਕਾਮ ਹਾਸਲ ਕੀਤਾ। ਮੈਂ ਦੁਆ ਕਰਾਂਗੀ ਕਿ ਇਹ ਬੱਚੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ। ਮੈਨੂੰ ਆਪਣਾ ਰਿਜ਼ਲਟ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੈਂ ਆਪਣੇ ਨੰਬਰਾਂ ਲਈ ਆਪਣੇ ਪੇਰੈਂਟਸ ਆਪਣੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਵਾਈ ਜਿਸ ਕਰਕੇ ਮੈਂ 90+ ਨੰਬਰ ਪ੍ਰਾਪਤ ਕੀਤੇ ਮੇਰਾ ਸੀਨੀਅਰ ਸੈਕੰਡਰੀ ਸਕੂਲ ਤੋਂ। ਅਤੇ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ 90% ਨੰਬਰ ਹਾਸਿਲ ਕੀਤੇ ਨੇ ਅਤੇ ਇਹ ਸਾਰਾ ਸਾਡੇ ਕ੍ਰੈਡਿਟ ਟੀਚਰਸ ਨੂੰ ਜਾਂਦਾ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਕਰਾਈ, ਸਪੈਸ਼ਲੀ ਸਾਡੇ ਤਰਨ ਮੈਮ ਜਿਹੜੇ ਸਾਡੇ ਕਮਰਸ ਦੇ ਟੀਚਰ ਸੀ ਅਤੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਤਾਂ ਹੀ ਅਸੀਂ ਇਸ ਮੁਕਾਮ 'ਤੇ ਪਹੁੰਚੇ। ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ, ਮੈਨੂੰ ਮੇਰੇ ਰਿਜ਼ਲਟ ਦੀ ਬਹੁਤ ਖੁਸ਼ੀ ਹੈ। ਮੇਰਾ ਇੰਨਾ ਵਧੀਆ ਰਿਜ਼ਲਟ ਮੇਰੇ ਟੀਚਰਸ ਦੇ ਕਾਰਨ ਆਇਆ ਹੈ, ਸੋ ਇਸਦਾ ਮੈਂ ਸਾਰਾ ਕ੍ਰੈਡਿਟ ਟੀਚਰਸ ਨੂੰ ਦਿੰਦੀ ਹਾਂ। ਮੈਂ ਆਸ ਕਰਦੀ ਹਾਂ ਕਿ ਆਉਣ ਵਾਲੇ ਜਿਹੜੇ ਬੱਚੇ ਨੇ ਉਹ ਵੀ ਵਧੀਆ ਰਿਜ਼ਲਟ। ਮੈਂ ਹੁਣ ਸਾਡੇ 12ਵੀਂ ਦੇ ਨਤੀਜੇ ਆਏ ਨੇ ਜਿਨ੍ਹਾਂ ਵਿੱਚੋਂ ਮੈਂ 85+ ਪਰਸੈਂਟੇਜ ਲੈ ਕੇ ਪਾਸ ਹੋਇਆ। ਇਹ ਸਭ ਕੁਝ ਸਾਡਾ ਕ੍ਰੈਡਿਟ ਸਾਰਾ ਸਾਡੇ ਸਟਾਫ ਅਤੇ ਸਾਡੇ ਪੇਰੈਂਟਸ ਨੂੰ ਜਾਂਦਾ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਵਾਈ, ਕਿਉਂਕਿ ਫੁੱਲ ਓਨਾ ਹੀ ਸੋਹਣਾ ਹੁੰਦਾ ਜਦੋਂ ਮਾਲੀ ਉਹਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਰਹੇ। ਅਤੇ ਮੈਂ ਇਹੀ ਚਾਹੁੰਦਾ ਕਿ ਸਾਡਾ ਸਕੂਲ ਅੱਗੇ ਵਧੇ ਅਤੇ ਹੋਰ ਸਾਡਾ ਸਟਾਫ ਬਹੁਤ ਵਧੀਆ ਅਤੇ ਵਧੀਆ ਨੰਬਰ ਲੈ ਕੇ ਅੱਗੇ ਬੱਚੇ ਪਾਸ ਹੁੰਦੇ। ਥੈਂਕ ਯੂ।